ਤੇ ਸਵੇਰ 8 ਵਜੇ ਬਲਦੇਵ ਸਿੰਘ ਤੇ ਉਹਨਾਂ ਦਾ ਬੇਟਾ ਨਾਲ ਲਵਜੀਤ ਸਿੰਘ ਸੀਗਾ ਤੇ ਉਹ ਮਠਾਰੂ ਇੰਡਸਟਰੀ ਵਿੱਚ ਕੰਮ ਕਰਦੇ ਉੱਥੇ ਗੇਟਮੈਨ ਨੇ ਤੇ ਕੰਮ ਤੇ ਜਾ ਰਹੀ ਤੇ ਉਧਰੋਂ ਫਿਰੋਜ਼ਪੁਰ ਰੋਡ ਤੱਕ ਸਕਾਰਪੀਓ ਆ ਰਹੀ ਸੀਗੀ ਤੇ 120 ਦੀ ਸਪੀਡ ਤੇ ਸੀਗੀ ਤੇ ਉਹ ਨਾਲ ਉਹਨੂੰ ਫੇਟ ਮਾਰ ਕੇ ਮੋਟਰਸਾਈਕਲ ਨੂੰ ਭੱਜ ਗਈ ਉਹਨਾਂ ਚੱਕਿਆ ਵੀ ਨਹੀਂ ਉਹਨਾਂ ਨੂੰ ਸਰ ਜਿਹੜੇ ਬਲਦੇਵ ਸਿੰਘ ਆ ਉਹਨਾਂ ਦੇ ਤਾਂ ਬੈਕਬੋਨ 'ਤੇ ਸੱਟ ਲੱਗਣ ਨਾਲ ਮਣਕਾ ਟੁੱਟਣਾ ਐਟ ਦੈਟ ਸਪੋਟ ਡੈਥ ਹੋ ਗਈ ਹੁਣ ਕੱਲ੍ਹ ਉਹਨਾਂ ਨੂੰ ਫਰੀਦਕੋਟ ਵਾਪਸ ਲੈ ਕੇ ਆਉਂਦੇ ਜਿਸ ਕਰਕੇ ਅੱਜ ਸੁਬਹਾ ਤੜਕ ਸੁਬਹਾ 1:40 'ਤੇ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਉਹਨਾਂ ਕਾਫੀ ਰਸੂਖ ਹੋਣ ਕਰਕੇ ਜਾਂ ਉਹਨਾਂ ਮਗਰ ਪੋਲੀਟੀਕਲ ਪਾਵਰ ਹੋਣ ਕਰਕੇ ਪੁਲਿਸ ਵੀ ਉਹਨਾਂ ਨੂੰ ਕੁਛ ਖਾਸ ਚੰਗੀ ਤਰ੍ਹਾਂ ਸਾਨੂੰ ਨਹੀਂ ਸੀਰੀਅਸ ਲੈ ਰਹੀ ਅਤੇ ਉਹਨਾਂ ਨੂੰ ਫੜਦੀ ਵੀ ਨਹੀਂ ਪਈ ਗਈ ਸੁਬਹਾ 8 ਵਜੇ ਬਲਦੇਵ ਸਿੰਘ ਅਤੇ ਉਹਨਾਂ ਦਾ ਬੇਟਾ ਨਾਲ ਲਵਜੀਤ ਸਿੰਘ ਸੀਗਾ ਅਤੇ ਉਹ ਮਠਾਰੂ ਇੰਡਸਟਰੀ ਵਿੱਚ ਕੰਮ ਕਰਦੇ ਉੱਥੇ ਗੇਟਮੈਨ ਨੇ ਅਤੇ ਉਹ ਕੰਮ 'ਤੇ ਜਾ ਰਹੀ ਅਤੇ ਉੱਧਰੋਂ ਫਿਰੋਜ਼ਪੁਰ ਰੋਡ ਤੱਕ ਸਕਾਰਪੀਓ ਆ ਰਹੀ ਸੀਗੀ PB04V0100 ਉਹਨਾਂ ਨੰਬਰ ਆ ਅਤੇ 120 ਦੀ ਸਪੀਡ 'ਤੇ ਸੀਗੀ ਅਤੇ ਉਹ ਨਾਲ ਉਹਨੂੰ ਫੇਟ ਮਾਰ ਕੇ ਮੋਟਰਸਾਈਕਲ ਨੂੰ ਭੱਜ ਗਈ ਉਹਨਾਂ ਚੱਕਿਆ ਵੀ ਨਹੀਂ ਉਹਨਾਂ ਨੂੰ ਸਰ ਜਿਹੜੇ ਬਲਦੇਵ ਸਿੰਘ ਆ ਉਹਨਾਂ ਦੇ ਤਾਂ ਬੈਕਬੋਨ 'ਤੇ ਸੱਟ ਲੱਗਣ ਨਾਲ ਮਣਕਾ ਟੁੱਟਣਾ ਐਟ ਦੈਟ ਸਪੋਟ ਡੈਥ ਹੋ ਗਈ ਜਿਹੜੇ ਲਵਜੀਤ ਸਿੰਘ ਸੀ ਉਹਨੂੰ ਉਸ ਦਿਨ ਉਹਨਾਂ ਰਾਤ ਨੂੰ ਅਪੋਲੋ ਹਸਪਤਾਲ 'ਚ ਫਰੀਦਕੋਟ ਮੈਡੀਕਲ ਕਾਲਜ ਨੇ ਰੈਫਰ ਕਰਤਾ ਸੀਗਾ ਅਤੇ ਉਹ 4-5 ਦਿਨ ਤਾਂ ਉੱਥੇ ਜੇਰੇ ਰਾਜ ਲਏ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਉਹਨਾਂ ਨੂੰ ਕਹਿਤਾ ਸੀਗਾ ਵੀ ਇਹ ਬਹੁਤ ਸੀਰੀਅਸ ਕੰਡੀਸ਼ਨ ਆ ਤੁਸੀਂ ਫਰੀਦਕੋਟ ਵਾਪਸ ਲੈ ਆਓ ਹੁਣ ਕੱਲ੍ਹ ਉਹਨਾਂ ਨੂੰ ਫਰੀਦਕੋਟ ਵਾਪਸ ਲੈ ਕੇ ਆਉਂਦੇ ਜਿਸ ਕਰਕੇ ਅੱਜ ਸੁਬਹਾ ਤੜਕ ਸੁਬਹਾ 1:40 'ਤੇ ਉਹਨਾਂ ਦੀ ਵੀ ਮੌਤ ਹੋ ਗਈ ਹੈ ਅਤੇ ਜਿਹੜੀ ਗੱਡੀ ਵਾਲਾ ਸੀ ਚਾਲਕ ਸੀਗਾ ਹਾਂਜੀ ਮੌਕੇ 'ਤੇ ਫਰਾਰ ਹੋ ਗਿਆ ਹਾਂਜੀ ਉਹ ਮੌਕੇ 'ਤੇ ਫਰਾਰ ਹੋ ਗਿਆ ਉਹਦੀ ਪਛਾਣ ਕੀਤੀ ਗੱਡੀ ਟਰੇਸ ਕੀਤੀ ਉਹ ਦੱਸ ਰਿਹਾ ਕਿ ਸ਼ਹੀਦ ਬਲਵਿੰਦਰ ਸਿੰਘ ਨਗਰ ਗਲੀ ਨੰਬਰ 3 ਦਵਿੰਦਰ ਨਵਦੀਪ ਸਿੱਧੂ ਸਨ ਆਫ ਦਵਿੰਦਰ ਸਿੰਘ ਸਿੱਧੂ ਆ ਅਤੇ ਉਹਨਾਂ ਕਾਫੀ ਰਸੂਖ ਹੋਣ ਕਰਕੇ ਜਾਂ ਉਹਨਾਂ ਮਗਰ ਪੋਲੀਟੀਕਲ ਪਾਵਰ ਹੋਣ ਕਰਕੇ ਪੁਲਿਸ ਵੀ ਉਹਨਾਂ ਨੂੰ ਕੁਛ ਖਾਸ ਚੰਗੀ ਤਰ੍ਹਾਂ ਸਾਨੂੰ ਨਹੀਂ ਸੀਰੀਅਸ ਲੈ ਰਹੀ ਅਤੇ ਉਹਨਾਂ ਨੂੰ ਫੜਦੀ ਵੀ ਨਹੀਂ ਪਈਗੀ ਮਾਮਲਾ ਦਰਜ ਹੋ ਗਿਆ ਹਾਂਜੀ ਮਾਮਲਾ ਦਰਜ ਹੋ ਗਿਆ ਮੁਕੱਦਮਾ ਦਰਜ ਹੋ ਗਿਆ ਗਾ ਅਤੇ ਬੇਟੇ ਦਾ ਅੱਜ ਰਹਿੰਦਾ ਗਾ ਉਹ ਅੱਜ ਹੋ ਜੂਗਾ ਹੁਣ ਪੋਸਟਮਾਰਟਮ ਤੋਂ ਬਾਅਦ ਅਤੇ ਕਹਿ ਰਹੇ ਆ ਕਿ ਕੱਲ੍ਹ ਗੱਡੀ ਸ਼ਾਇਦ ਉਹਨਾਂ ਦੀ ਪਹਿਲਾਂ ਤਾਂ 2-3 ਦਿਨ ਜਦੋਂ ਪੁਲਿਸ ਉਹਨਾਂ ਦੇ ਘਰ ਜਾਂਦੀ ਸੀ ਤਾਂ ਉਹ ਮੰਨਦੇ ਨਹੀਂ ਸੀਗੇ ਕਹਿੰਦੇ ਸੀ ਐਕਸੀਡੈਂਟ ਨਹੀਂ ਕੀਤਾ ਫਿਰ ਪਰ ਫਿਰ ਵੀ ਕੱਲ੍ਹ ਹੁਣ ਗੱਡੀ ਰਿਕਵਰ ਹੋ ਗਈ ਹੁਣ ਕੱਲ੍ਹ ਪਤਾ ਨਹੀਂ ਉਹਨਾਂ ਗੱਡੀ ਕਿਉਂ ਦਿੱਤੀ ਜਿਹਨੂੰ ਐਕਸੀਡੈਂਟ ਨਹੀਂ ਕੀਤਾ ਡਰਾਈਵਰ ਰਿਕਵਰ ਨਹੀਂ ਹੋਇਆ ਅਜੇ ਤੱਕ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜੀਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਨਾਲ ਨਾਲ ਜੋ ਬਣਦਾ ਉਹਨਾਂ ਦਾ ਹੱਕ ਉਹ ਵੀ ਦਿੱਤਾ ਜਾਵੇ ਪਰਿਵਾਰ 'ਚੋਂ ਮਗਰ ਕੌਣ ਰਹੇ ਪਰਿਵਾਰ ਵਿੱਚ ਸਿਰਫ ਇੱਕ ਉਹਨਾਂ ਦੀ ਮਾਤਾ ਹੈਗੀ ਜੀ 3 ਜੀ ਸੀ ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ 18/7/2019 ਨੂੰ ਇੱਕ ਕੇਸ FI ਨੰਬਰ 166 ਥਾਣਾ ਕਤਵਾਲੀ ਦਰਜ ਰਜਿਸਟਰ ਹੋਇਆ ਸੀ ਜੋ ਇਹ ਬਿਆਨ ਲਖਵੀਰ ਸਿੰਘ ਸੰਤ ਪੁੱਤਰ ਜਗਤਾਰ ਸਿੰਘ ਬਲਵੀਰ ਵਾਸੀ ਦੇ ਬਿਆਨ 'ਤੇ ਰਜਿਸਟਰਡ ਹੋਇਆ ਸੀ ਜੋ ਉਹਦੇ ਬਿਆਨ ਦੇ ਅਕੋਰਡਿੰਗਲੀ ਉਸਦਾ ਭਰਾ ਅਤੇ ਉਹਦਾ ਫਾਦਰ ਮੋਟਰਸਾਈਕਲ 'ਤੇ ਜਾ ਰਹੇ ਸੀਗੇ ਜਦੋਂ ਉਹ ਮਧੂ ਹਸਪਤਾਲ ਨੇੜੇ ਫਰੀਦਕੋਟ ਪੁੱਜੇ ਤਾਂ ਇੱਕ ਸਕਾਰਪੀਓ ਗੱਡੀ ਜਿਹਦਾ ਨੰਬਰ PB04V0100 ਹੈ ਉਹਨੇ ਬੜੀ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਮਾਰੀ ਮੌਕੇ 'ਤੇ ਉਸੇ ਟਾਈਮ ਜਿਹੜਾ ਕੰਪਲੇਨੈਂਟ ਹੈ ਉਹਦੇ ਫਾਦਰ ਬਲਦੇਵ ਸਿੰਘ ਦੀ ਡੈਥ ਹੋ ਗਈ ਸੀ ਅਤੇ ਜੋ ਉਸ ਤੋਂ ਬਾਅਦ ਜਿਹੜਾ ਮਦਈ ਦਾ ਕੰਪਲੇਨੈਂਟ ਦਾ ਬ੍ਰਦਰ ਹੈ ਲਵਜੀਤ ਸਿੰਘ ਉਹਦੀ ਡੈਥ ਹੋ ਗਈ ਹੈ ਪੁਲਿਸ ਵੱਲੋਂ ਆਪਣੀ ਇਸ ਕੇਸ ਦੇ ਵਿੱਚ ਜਿਹੜੀ ਕਾਰਵਾਈ ਹੈ ਪੂਰੀ ਕਰਕੇ ਜਿਹੜੇ ਦੋਸ਼ੀ ਨੂੰ ਅਰੈਸਟ ਕਰ ਲਿਆ ਅਤੇ ਸਕਾਰਪੀਓ ਗੱਡੀ ਹੈ ਉਹ ਕਬਜ਼ਾ ਪੁਲਿਸ ਵਿੱਚ ਲੈ ਲਈ A to Z ਪ੍ਰੋਬਲਮ ਸੋਲਿਊਸ਼ਨ ਵਰਲਡ ਫੇਮਸ ਬਲੈਕ ਮੈਜਿਕ ਐਕਸਪਰਟ ਬਾਬਾ ਪੰਡਿਤ ਦੀਨ ਦਿਆਲ ਜੀ 7 ਘੰਟੇ 'ਚ ਘਰ ਬੈਠੇ ਵਸ਼ੀਕਰਨ PR ਵਿੱਚ ਰੁਕਾਵਟ ਜਾਦੂ ਟੋਨਾ ਪਿਆਰ 'ਚ ਧੋਖਾ ਲਵ ਮੈਰਿਜ ਨੌਕਰੀ ਦੁਸ਼ਮਣ ਦੀ ਛੁੱਟੀ ਸੰਤਾਨਹੀਨਤਾ ਦੀ ਸਮੱਸਿਆ ਦਾ ਹੱਲ 100% ਗਰੰਟੀ ਨਾਲ ਹੁਣ ਤੱਕ ਵਸੀਕਰਨ ਲਵ ਮੈਰਿਜ ਅਤੇ PR ਦੇ ਕਈ ਕੇਸ ਹੱਲ ਕੀਤੇ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲਿਆਂ ਨੂੰ ਮੂੰਹ ਮੰਗਿਆ ਇਨਾਮ ਲੋਟਰੀ ਸਪੈਸ਼ਲਿਸਟ ਬਾਬਾ ਦੀਨ ਦਿਆਲ ਜੀ